मैनू बुखार होया सी जिस हिसाब दे नाल मेरे फादर साहब जां मम्मा दादे ने ते उस तो बाद मैनू पोलियो हो गया सीगा। हाँ जी प्रॉब्लम आ गई, इस तो बाद ही प्रॉब्लम आ गई जी। दादा जी और मेरे पापा जी थोड़ा थोड़ा मतलब करदे नॉट प्रोफेसनल नहीं सीगे लेकिन थोड़ा सीगा ते उन्हां दे बस उन्हां देख के मन दे विच सी कि मैं भी अगे जाना है, मैं करना है कुछ म्यूजिक सीखना है। अल्फाज ने जिहड़ा उहदे विच एहसास या दुख है शायद वह मेरा ही है, इसलिए मैं ज़्यादातर ये सॉन्ग मेरा मोस्ट फेवरेट सॉन्ग है। किरण पॉल दस दिए कि किरण पॉल म्यूजिक सीखने का शौक रखते ने, वड्डिया वड्डिया स्टेजा जरूर करना चाहते ने, सो ये हैंडीकैप ने बचपन तो ही इन्हां दे जिहड़ियां लत्तां नहीं चल सकदियां पर आवाज़ च एक जरूर दम हैगा वा, सुरीली आवाज़ आ, वड्डिया वड्डिया स्टेजा करने चाहते ने, की सुपने ने गलबात करांगे। सो कटी पतंग तो ही इन्होंने शुरुआत की आ, सो गीत इन्हों का एक फेवरेट गीत हैगा वा। किरण जी कटी पतंग तो तुसी शुरुआत कीती आ, ऐसा की होया सी बचपन दे विच इस तरह हैंडीकैप रह गए पर आवाज़ दे विच बहुत दम हैगा वा, सुपने कई हैगे ने ओह पूरियां गल्लां करांगे। की होया सी घर दे विच, कौन कौन हैगे? घर दे विच मेरे फादर साहब ने, मेरा ब्रदर है, मेरी सिस्टर है और मेरी मम्मा और मेरी दादी। हाँ जी, की होया सी बचपन तो की प्रॉब्लम सी, इस तरह दी प्रॉब्लम आई तुहानू? एक्चुअली मैनू बुखार होया सी जिस हिसाब दे नाल मेरे फादर साहब जां मम्मा दादे ने ਤੇ ਉਸ ਤੋਂ ਬਾਅਦ ਮੈਨੂੰ ਪੋਲੀਓ ਹੋ ਗਿਆ ਸੀਗਾ। ਹਾਂਜੀ, ਪ੍ਰੋਬਲਮ ਆ ਗਈ ਤੁਹਾਨੂੰ? ਹਾਂਜੀ ਪ੍ਰੋਬਲਮ ਆ ਗਈ, ਇਸ ਤੋਂ ਬਾਅਦ ਹੀ ਪ੍ਰੋਬਲਮ ਆ ਗਈ ਜੀ। ਇਸ ਲਾਈਨ 'ਚ ਕਿਸ ਤਰ੍ਹਾਂ ਹੈ ਮਿਊਜ਼ਿਕ ਸਿੱਖਣ ਦਾ ਸ਼ੌਂਕ, ਕਿਸ ਤਰ੍ਹਾਂ ਰੱਖਿਆ ਕਿ ਮਿਊਜ਼ਿਕ ਸਿੱਖਿਆ ਜਾਵੇ, ਅੱਗੇ ਵਧਣ ਦੇ ਸੁਪਨੇ ਕਿਸ ਤਰ੍ਹਾਂ ਦੇ? ਮਿਊਜ਼ਿਕ ਦੇ ਵਿੱਚ ਇੱਦਾਂ ਸੀਗਾ ਕਿ ਮੇਰੇ ਦਾਦਾ ਜੀ ਔਰ ਮੇਰੇ ਪਾਪਾ ਜੀ ਥੋੜ੍ਹਾ ਥੋੜ੍ਹਾ ਮਤਲਬ ਕਰਦੇ ਨੋਟ ਪ੍ਰੋਫੈਸ਼ਨਲ ਨਹੀਂ ਸੀਗੇ ਲੇਕਿਨ ਥੋੜ੍ਹਾ ਸੀਗਾ ਅਤੇ ਉਹਨਾਂ ਦੇ ਬਸ ਉਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਸੀ ਕਿ ਮੈਂ ਵੀ ਅੱਗੇ ਜਾਣਾ ਹੈ, ਮੈਂ ਕਰਨਾ ਹੈ ਕੁਛ ਮਿਊਜ਼ਿਕ ਸਿੱਖਣਾ ਹੈ। ਹਾਂਜੀ, ਬਚਪਨ 'ਚ ਇਹ ਪ੍ਰੋਬਲਮ ਆਈ ਜਦੋਂ ਹੋਸ਼ 'ਚ ਆਏ, ਕਿਸ ਤਰ੍ਹਾਂ ਲੱਗਾ ਸੀ ਕਿ ਮੈਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ? ਸੁਪਨਾ ਕੀ ਸੀ ਉਦੋਂ? ਉਸ ਵਕਤ ਸੁਪਨਾ ਇਹੀ ਸੀਗਾ ਕਿ ਪਹਿਲਾਂ ਤਾਂ ਜਦੋਂ ਬਚਪਨ ਤੋਂ ਨਿਕਲ ਕੇ ਹੋਸ਼ ਵਿੱਚ ਆਏ ਹਾਂ ਵੀ ਹਾਂ ਵੀ ਕੀ ਹੈਗਾ ਆ ਜਾਂ ਕੀ ਨਹੀਂ, ਲੱਗਦਾ ਨਹੀਂ ਸੀ ਕਦੇ ਇੱਦਾਂ ਵੀ ਹੋ ਸਕਦਾ ਵੀ ਨਹੀਂ ਤੁਰ ਫਿਰ ਹੁੰਦਾ ਹੈਗਾ, ਲੇਕਿਨ ਜਦੋਂ ਵੱਡੇ ਹੁੰਦੇ ਗਏ ਆ ਉਦੋਂ ਰਿਲਾਈਜ਼ ਹੁੰਦਾ ਗਿਆ ਕਿ ਇਹ ਚੀਜ਼ ਵੀ ਹੁੰਦੀ ਆ ਕੋਈ ਨਾ, ਪਹਿਲਾਂ ਨਹੀਂ ਸੀ ਇੰਨਾ ਕੁਛ ਵੀ ਮਨ ਦੇ ਵਿੱਚ ਹੁੰਦਾ ਵੀ ਚਲੋ ਅਸੀਂ ਸੋਚਦੇ ਸੀ ਕਿ ਸਾਡੀਆਂ ਲੱਤਾਂ ਨਹੀਂ ਹੈਗੀਆਂ ਅਤੇ ਅਸੀਂ ਵੀ ਤੁਰੇ ਫਿਰਦੇ ਹਾਂ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਰਿਲਾਈਜ਼ ਹੋਇਆ ਕਿ ਇਹ ਕੀ ਚੀਜ਼ ਆ ਕੀ ਨਹੀਂ ਹੈਗੀ, ਅਤੇ ਬਸ ਇਹ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਇਹ ਪ੍ਰੋਬਲਮ ਤੋਂ ਬਾਅਦ? ਦਿੱਕਤ ਦੇਖੋ ਪੜ੍ਹਾਈ ਦੇ ਵਿੱਚ ਦਿੱਕਤ ਆਉਣ ਜਾਣਾ, ਆਉਣਾ ਜਾਣਾ, ਕਿਤੇ ਵੀ ਆਉਣਾ ਜਾਣਾ, ਤਕਰੀਬਨ ਘਰ ਦੇ ਵਿੱਚ ਹੀ ਜ਼ਿਆਦਾ ਟਾਈਮ ਮੇਰਾ ਘਰ 'ਚ ਹੀ ਨਿਕਲਦਾ ਸੀ ਕਿਉਂਕਿ ਕੋਈ ਲਿਜਾਣ ਵਾਲਾ ਨਹੀਂ ਸੀ ਹੁੰਦਾ ਨਾ, ਅਤੇ ਸਕੂਲ ਜਦੋਂ ਗਏ ਉਸ ਟ੍ਰਾਈਸਾਈਕਲ 'ਤੇ ਸਕੂਲ ਜਾਣਾ, ਆਪ ਜਾਣਾ, ਬੈਂਚ 'ਤੇ ਚੜ੍ਹਨਾ ਉਤਰਨਾ, ਬਹੁਤ ਜ਼ਿਆਦਾ ਪ੍ਰੋਬਲਮਾਂ ਹੋਈਆਂ ਮਿਲਣ। ਕਾਲਜ ਦੇ ਵਿੱਚ ਉਸ ਤੋਂ ਬਾਅਦ ਗਏ ਹੋ, ਲੱਗਦਾ ਸੀ ਉੱਥੇ ਵੀ ਕੋਈ ਦਿੱਕਤ ਆਉਂਦੀ ਸੀ ਕਾਲਜ ਟਾਈਮ ਦੇ ਵਿੱਚ ਵੀ? ਕਾਲਜ ਟਾਈਮ ਦੇ ਵਿੱਚ ਵੀ ਦਿੱਕਤ ਬਹੁਤ ਆਈਆਂ ਕਿਉਂਕਿ ਘਰ ਤੋਂ ਪਹਿਲਾਂ ਅੱਡੇ 'ਤੇ ਜਾਣਾ, ਅੱਡੇ ਤੋਂ ਬੱਸ 'ਚ ਜਾਣਾ, ਉੱਥੋਂ ਫਿਰ ਬੱਸ 'ਚ ਉਤਰ ਕੇ ਕਲਾਸ ਤੱਕ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਸੀ। ਕਿਰਨ ਪੌਲ
ਜਿਹੜਾ ਵਾ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੁਧਿਆਣਾ ਦੀ ਇੱਕ ਮਿਊਜ਼ਿਕ ਅਕੈਡਮੀ ਦੇ ਵਿੱਚ ਇਹ ਮਿਊਜ਼ਿਕ ਜਿਹੜਾ ਵਾ ਸਿੱਖਣ ਆਉਂਦੇ ਨੇ। ਬਹੁਤ ਸਾਰੇ ਸੁਪਨੇ ਨੇ, ਜਿਵੇਂ ਗੱਲਾਂ ਕਰ ਰਹੇ ਹਾਂ ਕਿ ਸੁਪਨੇ ਇਹਨਾਂ ਦੇ ਬਹੁਤ ਸਾਰੇ ਨੇ, ਹੌਸਲਿਆਂ ਦੀ ਉਡਾਨ ਹੈਗੀ ਆ, ਹੌਸਲਾ ਭਰਨਾ ਚਾਹੁੰਦੇ ਨੇ, ਉਡਾਨ ਭਰਨਾ ਚਾਹੁੰਦੇ ਨੇ। ਸੋ ਗੱਲਬਾਤ ਲਗਾਤਾਰ ਜਾਰੀ ਆ। ਕਿਰਨ, ਉਸ ਤੋਂ ਬਾਅਦ ਮਿਊਜ਼ਿਕ ਵੱਲ ਕਿਸ ਤਰ੍ਹਾਂ ਆਏ, ਕੀ ਸੁਪਨਾ ਸੀ ਕਿ ਅੱਗੇ ਕੀ ਵਧਣਾ ਹੁਣ? ਮੈਂ ਮੇਰਾ ਮਾਇੰਡ ਪਹਿਲਾਂ ਤੋਂ ਹੀ ਮਤਲਬ ਕਲੀਅਰ ਸੀਗਾ ਕਿ ਮੈਂ ਕਰਨਾ ਤਾਂ ਮਿਊਜ਼ਿਕ ਹੀ ਕਰਨਾ। ਅਤੇ ਉਸ ਤੋਂ ਬਾਅਦ ਲੁਧਿਆਣੇ ਆਏ ਹਾਂ, ਲੁਧਿਆਣੇ 'ਚ ਕਾਫੀ ਅਕੈਡਮੀਆਂ ਦੇ ਵਿੱਚ ਘੁੰਮੇ ਹਾਂ, ਲੇਕਿਨ ਸੈਟਿਸਫਾਈ ਨਹੀਂ, ਜੋ ਚੀਜ਼ ਮੈਨੂੰ ਚਾਹੀਦੀ ਸੀ ਉਹ ਨਹੀਂ ਮਿਲ ਰਹੀ ਸੀਗੀ। ਅਤੇ ਸਾਡੇ ਫੁੱਫੜ ਜੀ ਨੇ, ਉਹਨਾਂ ਨੇ ਸੁਜੈਸਟ ਕੀਤਾ ਕਿ ਇਸ ਅਕੈਡਮੀ ਦੇ ਵਿੱਚ ਇਹਨਾਂ ਸਰ ਜੀ ਦਾ, ਉਸਤਾਦ ਜੀ ਦਾ ਨਾਮ ਉਹਨਾਂ ਨੇ ਸੁਜੈਸਟ ਕੀਤਾ ਸੀਗਾ। ਮੈਂ ਆਈ, ਹਫ਼ਤਾ 10 ਦਿਨ ਦੇਖਿਆ ਕਿ ਕੀ ਮਤਲਬ ਕਿਸ ਹਿਸਾਬ ਦੇ ਨਾਲ ਸਿਖਾਉਂਦੇ ਨੇ। ਅਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ, ਕਿਉਂ ਕਿਉਂਕਿ ਇਹਨਾਂ ਦਾ ਸਿਖਾਉਣ ਦਾ ਢੰਗ ਔਰ ਦੱਸਣ ਦਾ ਢੰਗ ਮੈਂ ਸੋਚਦੀ ਹਾਂ ਕਿ ਲੁਧਿਆਣੇ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਹਾਂਜੀ, ਉਹ ਆਪਣੇ ਬੱਚਿਆਂ ਵਾਂਗ ਰੱਖਦੇ ਆ, ਕੋਈ ਫਰਕ ਨਹੀਂ, ਕੋਈ ਕੁਛ ਨਹੀਂ ਜੀ। ਮੈਂ ਦੇਖਿਆ ਵੀਡੀਓ ਦੇ ਵਿੱਚ, ਦੇਖਿਆ ਤੁਸੀਂ ਕਿਸ ਤਰ੍ਹਾਂ ਸਕੂਟਰ 'ਤੇ ਆਉਂਦੇ ਹੋ, ਉਸ ਤੋਂ ਬਾਅਦ ਪੌੜੀਆਂ ਚੜ੍ਹ ਕੇ ਇਸ ਅਕੈਡਮੀ ਦੇ ਵਿੱਚ ਜੁਆਇਨ ਕਰਦੇ ਹੋ ਤਾਂ ਮਿਊਜ਼ਿਕ ਸਿੱਖਦੇ ਹੋ, ਸੰਘਰਸ਼ ਬਹੁਤ ਵੱਡਾ ਹੈਗਾ, ਸੁਪਨੇ ਕੀ ਆ ਹੁਣ ਅੱਗੇ? ਸੁਪਨੇ ਇਹ ਹੈ ਕਿ ਇੱਕ ਪਲੇਟਫਾਰਮ ਮਿਲੇ, ਜਿਵੇਂ ਇੱਕ ਚੰਗਾ ਆਰਟਿਸਟ ਜਿਹੜੇ ਚੰਗੇ ਹੁੰਦੇ ਨੇ ਉਹਨੂੰ ਮਿਲਣਾ ਚਾਹੀਦਾ ਮੌਕਾ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਬਿਨਾਂ ਸਿੱਖੇ ਤੋਂ ਹੀ ਕਰੀ ਜਾਂਦੇ, ਪਰ ਮੇਰਾ ਮੇਨ ਮੋਟਿਵ ਇਹ ਸੀਗਾ ਕਿ ਮੈਂ ਸਿੱਖ ਕੇ ਵਧੀਆ ਕਰਾਂ, ਕਿਉਂਕਿ ਘਰ ਦੇ ਵਿੱਚ ਵੀ ਵਧੀਆ ਸੋਚ ਦਿੱਤੀ ਆ ਔਰ ਸੁਣਿਆ ਵੀ ਵਧੀਆ ਨੂੰ ਹੀ ਆ, ਪਹਿਲਾਂ ਤੋਂ ਹੀ ਵਧੀਆ ਸਿੰਗਰ ਸੁਣੇ ਆ। ਅਤੇ ਕਿਹੜੇ ਪਸੰਦ ਸੀਗੇ, ਕਿੰਨਾ ਦੀ ਆਵਾਜ਼ ਸੁਣਦੇ ਆਏ ਹੋ ਤੁਹਾਨੂੰ ਜਿਹੜਾ ਇਸ ਸ਼ੌਂਕ ਵੱਲ ਲੈ ਗਏ? ਦੇਖੋ, ਮੈਂ ਸਭ ਤੋਂ ਪਹਿਲਾਂ ਲਤਾ ਜੀ ਨੂੰ ਸੁਣਿਆ ਸੀਗਾ, ਜਦੋਂ ਮਤਲਬ ਮੈਨੂੰ ਉਦੋਂ ਨੌਲੇਜ ਵੀ ਨਹੀਂ ਸੀਗੀ ਕਿ ਮਿਊਜ਼ਿਕ ਕੀ ਹੁੰਦਾ ਹੈ, ਲੇਕਿਨ ਉਹਨਾਂ ਨੂੰ ਸੁਣ ਸੁਣ ਕੇ ਇੱਥੇ ਤੱਕ ਆਏ ਹਾਂ, ਉਹਨਾਂ ਨੂੰ ਸੁਣ ਕੇ ਹੀ ਸ਼ੌਂਕ ਜ਼ਿਆਦਾ ਸ਼ੌਂਕ ਹੋਇਆ ਕਿ ਹਾਂ ਸੁਣਨਾ ਆ ਜਾਂ ਅੱਗੇ ਮਿਊਜ਼ਿਕ ਲਾਈਨ ਦੇ ਵਿੱਚ ਜਾਣਾ ਆ। ਅਤੇ ਅਗਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਮਾਸਟਰ ਸਲੀਮ ਜੀ ਨੇ, ਸਰਦੂਰ ਸਿਕੰਦਰ ਸਾਹਿਬ ਨੇ, ਸਾਬਰ ਕੁਲ ਸਾਹਿਬ ਨੇ, ਜਿਨ੍ਹਾਂ ਨੂੰ ਸੁਣਿਆ। ਹਾਂਜੀ, ਹਲੇ ਕੁਛ ਨੀ, ਹੁਣ ਲਤਾ ਜੀ ਤਾਂ ਚਲੋ ਸਾਡਾ ਡ੍ਰੀਮ ਸੀਗਾ, ਉਹ ਹੁਣ ਮਾਲਕ ਨਹੀਂ ਪੂਰਾ ਹੋ ਸਕਦਾ। ਸਲੀਮ ਵਰਗੇ ਕਲਾਕਾਰ ਤੁਸੀਂ ਪਸੰਦ ਕਰਦੇ ਹੋ, ਇਹਨਾਂ ਤੱਕ ਮਿਲਣ ਦਾ ਕਦੀ ਮੌਕਾ ਤੁਸੀਂ ਕੋਲੋਂ ਪ੍ਰੋਗਰਾਮ ਲਗਾਉਂਦੇ ਨੇ, ਡੇਰਿਆਂ 'ਚ ਪ੍ਰੋਗਰਾਮ ਲਗਾਉਂਦੇ ਨੇ, ਕਦੀ ਮਿਲਣ ਦਾ ਮੌਕਾ ਉੱਥੇ ਕਦੀ ਮਿਲਿਆ ਹੋਵੇ? ਦੇਖੋ, ਜਿੱਦਾਂ ਮੇਰੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਕਿਉਂਕਿ ਮੇਲਿਆਂ ਦੇ ਵਿੱਚ ਇੰਨੀ ਭੀੜ ਹੁੰਦੀ ਆ, ਅਤੇ ਅੱਗੇ ਆਪ ਅੱਗੇ ਜਾਣਾ ਮੁਸ਼ਕਿਲ ਹੋ ਜਾਂਦਾ ਆ ਥੋੜ੍ਹਾ। ਜਾਂ ਅਗਰ ਕੋਈ ਹੈਲਪ ਕਰੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਲੇਕਿਨ ਹਾਲੇ ਤੱਕ ਤਾਂ ਕੋਈ ਨਹੀਂ ਮਤਲਬ ਬਣਿਆ ਨਹੀਂ, ਰੀਜ਼ਨ ਕੋਈ ਨਹੀਂ ਬਣਿਆ ਹੈਗਾ ਕਿ ਮੈਂ ਮਿਲ ਸਕਾਂ। ਬਟ ਇਨ ਫਿਊਚਰ ਹੋਪ ਕਰੂੰਗੀ ਕਿ ਆਪ ਕੋਸ਼ਿਸ਼ ਕਰਾਂ ਉਹਨਾਂ ਤੱਕ ਜਾਣ ਦੀ। ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ, ਅਗਰ ਤੁਸੀਂ ਵੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ, ਤਾਂ ਕਿ ਕਿਰਨ ਜਿਹੜੀ ਆ ਆਪਣੀ ਖੂਬਸੂਰਤ ਆਵਾਜ਼ ਜਿਹੜੀ ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਹੈਗਾ ਵਾ, ਮਾਸਟਰ ਸਲੀਮ ਵਰਗੇ ਕਲਾਕਾਰਾਂ ਨੂੰ ਮਿਲ ਸਕੇ, ਤਾਂ ਕਿ ਇਹਨਾਂ ਦੀ ਕੁਛ ਮਦਦ ਵੀ ਜਿਹੜੀ ਆ ਹੋ ਸਕੇ। ਕਿਰਨ, ਕੋਈ ਮਦਦ ਚਾਹੁੰਦੇ ਹੋ ਤੁਸੀਂ, ਕਿਸ ਤਰ੍ਹਾਂ ਦੀ ਕੋਈ ਮਦਦ, ਪਰਿਵਾਰ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਪਰਿਵਾਰ? ਦੇਖੋ, ਮੇਰੇ ਫਾਦਰ ਸਾਹਿਬ ਠੀਕ ਨਹੀਂ ਰਹਿੰਦੇ, ਉਹ ਪ੍ਰੋਬਲਮ ਉਹਨਾਂ ਨੂੰ ਬਹੁਤ ਵੱਡੀ ਆ, ਅਤੇ ਉਸ ਕਰਕੇ ਠੀਕ ਆ, ਮੈਂ ਘਰ ਵਧੀਆ ਚੱਲਦਾ ਆ ਮਾਲਕ ਦੀ ਦਇਆ ਦੇ ਨਾਲ। ਅਤੇ ਮਦਦ ਇਹ ਆ ਕਿ ਮੈਂ ਮਿਊਜ਼ਿਕ ਲਾਈਨ ਦੇ ਵਿੱਚ ਹੀ ਜਾਣਾ, ਮੈਨੂੰ ਇਹ ਨਹੀਂ ਹੈਗਾ ਕਿ ਕੋਈ ਮੇਰੇ ਪੈਸੇ ਦੀ ਹੈਲਪ ਕਰੇ ਜਾਂ ਕੁਛ ਵੀ ਆ, ਮੈਨੂੰ ਪਲੇਟਫਾਰਮ ਮਿਲ ਜਾਏ, ਇੱਕ ਪਲੇਟਫਾਰਮ ਮਿਲ ਜਾਏ ਮੈਨੂੰ, ਮੇਰਾ ਇਹ ਸਾਧਨ ਹੋ ਜਾਏ ਕਿ ਮੈਂ ਆਪ ਆਪਣਾ ਕਰ ਸਕਾਂ, ਸਟੈਂਡ ਹੋ ਜਾਂ, ਆਪਣੀ ਫੈਮਿਲੀ ਨੂੰ ਦੇਖ ਸਕਾਂ। ਹਾਂਜੀ, ਖੁਦ ਕਮਾ ਸਕੋ ਤੁਸੀਂ? ਜੀ ਜੀ, ਖੁਦ ਇੰਡੀਪੈਂਡੈਂਟ ਹੋ ਸਕਾਂ। ਪਰਿਵਾਰ ਦੇ ਵਿੱਚ ਫਿਰ ਖਰਚਾ ਪਾਣੀ ਕਿਵੇਂ ਚੱਲਦਾ? ਫਾਦਰ ਸਾਹਿਬ ਜਿਵੇਂ ਬਿਮਾਰ, ਕਰਦੇ ਕੀ ਸੀ ਫਾਦਰ ਸਾਹਿਬ? ਫਾਦਰ ਸਾਹਿਬ ਆਪਣੇ ਦਰਜੀ ਸੀਗੇ ਉਹ, ਅਤੇ ਦਰਜੀ ਦਾ ਕੰਮ ਕਰਦੇ ਸੀਗੇ ਜੀ। ਮਦਰ ਕੀ ਕਰਦੇ ਨੇ? ਮੰਮਾ ਮੇਰੇ ਹਾਊਸ ਵਾਈਫ ਨੇ, ਪਸ਼ੂ ਰੱਖੇ ਆ, ਉਹ ਪਸ਼ੂਆਂ ਦਾ ਕੰਮ ਕਰਦੇ ਨੇ। ਤੇ ਹੋਰ ਭੈਣ ਭਾਈ ਕੀ ਕਰਦੇ ਨੇ? ਭੈਣ ਭਾਈ ਮੇਰੇ, ਮੇਰੀਆਂ ਭੈਣਾਂ 6 ਭੈਣਾਂ ਵਾ, ਇੱਕ ਛੋਟਾ ਬ੍ਰਦਰ ਆ, ਬਾਕੀ ਸਾਰੇ ਵਿਆਹ ਹੋਏ ਆ। ਛੋਟਾ ਬ੍ਰਦਰ ਆ, ਉਹ ਕੰਮ ਕਰਦਾ, ਗੱਡੀ ਚਲਾਉਂਦਾ ਹੈ। ਘਰ ਦਾ ਖਰਚਾ ਥੋੜਾ ਬਹੁਤ ਚੱਕਦਾ ਨਾ? ਹਾਂਜੀ, ਉਹੀ ਚੱਕਦਾ, ਹੁਣ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਜੀ। 30 ਕਿਲੋਮੀਟਰ ਆਣਾ ਮੁਸ਼ਕਿਲ ਨਹੀਂ ਲੱਗਦਾ? 30 ਕਿਲੋਮੀਟਰ ਤੁਸੀਂ ਸਕੂਟਰ ਤੇ ਆਣਾ, ਸਫ਼ਰ ਕਰਨਾ, ਉਸ ਤੋਂ ਬਾਅਦ ਅਕੈਡਮੀ ਜੁਆਇਨ ਕਰਨਾ, ਦੇਖੋ ਮੁਸ਼ਕਿਲ ਤਾਂ ਆਉਂਦੀ ਆ, ਲੇਕਿਨ ਮੈਂ ਕਦੇ ਪਰਵਾਹ ਨਹੀਂ ਕੀਤੀ। ਆਪਾਂ ਆਈਦਾ ਆ, ਬੇਝਿਜਕ ਹੋ ਕੇ ਆ ਜਾਈਦਾ ਆ। ਪ੍ਰੋਬਲਮਾਂ ਤਾਂ ਆਉਂਦੀਆਂ, ਪਰ ਜੇ ਅਗਰ ਪ੍ਰੋਬਲਮ ਫੇਸ ਨਹੀਂ ਕਰਾਂਗੇ ਤਾਂ ਫਿਰ ਮੰਜ਼ਿਲ ਤੱਕ ਕਿੱਦਾਂ ਪਹੁੰਚਾਂਗੇ?
ਬਹੁਤ ਸਾਰੇ ਲੋਕ ਹਿੰਮਤ ਹਾਰ ਜਾਂਦੇ ਇਹਨਾਂ ਹਾਲਾਤਾਂ ਦੇ ਵਿੱਚ ਆ ਕੇ, ਕਹਿੰਦੇ ਨਹੀਂ ਚੱਲ ਨਹੀਂ ਸਕਦੇ ਤਾਂ, ਪਰ ਸਰਕਾਰ ਦੇ ਸਹਾਰੇ ਹੀ ਅਸੀਂ, ਕੋਈ ਗੱਲ ਨਹੀਂ। ਪਰ ਤੁਸੀਂ ਤਾਂ ਉਡਾਨ ਭਰ ਰਹੇ, ਇੱਕ ਸੁਪਨਿਆਂ ਦੀ ਉਡਾਨ ਭਰ ਰਹੇ ਹੋ, ਲੱਗਦਾ ਕਿ ਇਹ ਸੁਪਨੇ ਪਰਮਾਤਮਾ ਵੀ ਹੱਲ ਕਰ ਦੇਗਾ, ਜੇ ਆਵਾਜ਼ ਦੇ ਦਿੱਤੀ ਤਾਂ ਹੱਲ ਹੋ ਜਾਣਗੇ। ਦੇਖੋ ਇੱਕ ਜਿਹੜਾ ਆਰਟਿਸਟ ਹੁੰਦਾ ਨਾ, ਉਹ ਲੰਬੀ ਰੇਸ ਦਾ ਘੋੜਾ ਹੁੰਦਾ, ਇਹਦੇ ਵਿੱਚ ਸਬਰ ਬਹੁਤ ਜ਼ਰੂਰੀ ਆ। ਅਤੇ ਬਾਕੀ ਰਹੀ ਗੱਲ ਇਹ ਕਿ ਹਿੰਮਤ ਹਾਰਨ ਦੀ, ਕਈ ਵਾਰ ਸਾਡੀ ਵੀ ਹਿੰਮਤ ਟੁੱਟ ਜਾਂਦੀ ਹੈ, ਲੇਕਿਨ ਫਿਰ ਆਪਣੇ ਆਪ ਨੂੰ ਸਟੈਂਡ ਕਰਨਾ ਪੈਂਦਾ, ਫਿਰ ਆਪਣੇ ਆਪ ਨੂੰ ਉਠਾਉਣਾ ਪੈਂਦਾ ਕਿ ਨਹੀਂ ਕਰਨ, ਅਗਰ ਕੁਛ ਕਰਨਾ ਆ, ਅਗਰ ਆਪਣੇ ਆਪ ਨੂੰ ਪ੍ਰੂਫ ਕਰਨਾ ਆ ਤਾਂ ਫਿਰ ਚੱਲਣਾ ਤਾਂ ਪੈਣਾ ਹੀ, ਮੈਂ ਰੁਕ ਨਹੀਂ ਸਕਦੀ ਚਾਹੇ ਕੁਛ ਵੀ ਹੋਵੇ। ਦੇਖੋ ਮੈਂ ਮੈਸੇਜ ਕੀ ਦੇ ਸਕਦੀ ਹਾਂ ਕਿ ਹਿੰਮਤ ਕਦੇ ਵੀ ਨਹੀਂ ਕਿਸੇ ਨੂੰ ਵੀ ਹਾਰਨੀ ਚਾਹੀਦੀ, ਕੋਈ ਹੈਂਡੀਕੈਪ ਆ ਜਾਂ ਨੋਰਮਲ ਪਰਸਨ ਵੀ ਆ, ਕਿਸੇ ਨੂੰ ਕੋਈ ਹਿੰਮਤ ਹਾਰਨੀ ਨਹੀਂ ਚਾਹੀਦੀ। ਉੱਠੋ, ਆਪਣਾ ਕਰਮ ਕਰੋ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੱਕ, ਮਿਹਨਤ ਕਰੋਗੇ ਤਾਂ ਤੁਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਜੀ। ਸੋ ਉਸਤਾਦ ਰਜਿੰਦਰ ਜੀ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਹੁਤ ਸਾਰੀਆਂ ਸਟੇਜਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਵੱਡੇ ਵੱਡੇ ਕਲਾਕਾਰਾਂ ਨਾਲ, ਬਹੁਤ ਸਾਰੇ ਸਟੇਜਾਂ 'ਤੇ ਇਹਨਾਂ ਨੂੰ ਦੇਖਿਆ ਵੀ ਗਿਆ ਵਾ। ਉਸਤਾਦ ਜੀ ਕਿਸ ਤਰ੍ਹਾਂ ਦੇਖਦੇ ਹੋ, ਬੱਚਾ ਸਿਲੈਕਟ ਕਿਵੇਂ ਹੋਇਆ ਸੀ ਜਦੋਂ ਤੁਹਾਡੇ ਕੋਲ ਆਇਆ ਸੀਗਾ? ਇਸ ਤਰ੍ਹਾਂ ਦਾ ਬੱਚਾ ਹੈਂਡੀਕੈਪ ਤੁਹਾਡੀ ਪੌੜੀਆਂ ਚੜ੍ਹ ਕੇ ਆ ਗਿਆ, ਕਿੱਦਾਂ ਸਿਲੈਕਸ਼ਨ ਹੋਈ ਇਹਦੀ? ਬਸ ਮੈਂ ਜਦੋਂ ਇਹਨਾਂ ਜਿਸ ਹਾਲਾਤਾਂ ਦੇ ਵਿੱਚ ਇਹ ਉੱਪਰ ਮੇਰੇ ਤੱਕ ਆਏ, ਜਿਵੇਂ ਮੇਰੀ ਅਕੈਡਮੀ ਉੱਪਰ ਆ ਫਸਟ ਫਲੋਰ 'ਤੇ, ਪੌੜੀਆਂ ਚੜ੍ਹ ਕੇ ਹੈਂਡੀਕੈਪ ਹੋਣ ਦੇ ਬਾਵਜੂਦ, ਪਹਿਲਾਂ ਤਾਂ ਮੈਂ ਇਹ ਸੋਚਿਆ ਕਿ ਇਹ ਕੁੜੀ 'ਚ ਮਤਲਬ ਪੈਸ਼ਨ ਮਿਊਜ਼ਿਕ ਪ੍ਰਤੀ ਇੱਕ ਪੈਸ਼ਨ ਆ, ਜਜ਼ਬਾ ਸਿੱਖਣ ਦਾ, ਕਿ ਅਪਰੇ ਤੋਂ ਇਹ ਸਕੂਟਰੀ ਚਲਾ ਕੇ ਅਤੇ ਉੱਪਰ ਪੌੜੀਆਂ ਇੱਕ ਇੱਕ ਪੌਡਾ 'ਤੇ ਬੈਠ ਬੈਠ ਕੇ ਚੜ੍ਹ ਕੇ ਜਦੋਂ ਅੰਦਰ ਐਂਟਰ ਹੋਈ ਤਾਂ ਮੈਂ ਪਹਿਲਾਂ ਇੱਕ ਵਾਰੀ ਥੋੜ੍ਹਾ ਜਿਹਾ ਸ਼ੌਕਡ ਹੋਇਆ ਵੀ ਕਿਵੇਂ ਕੁੜੀ ਉੱਪਰ ਆਈ ਹੈ। ਅਤੇ ਜਦੋਂ ਮੈਂ ਸੁਣਿਆ ਤਾਂ ਮੈਨੂੰ ਲੱਗਾ, ਸੰਭਾਵਨਾ ਲੱਗੀ ਵੀ ਇਹ ਕੁੜੀ ਕੁਛ ਨਾ ਕੁਛ ਆਪਣੀ ਲਾਈਫ ਦੇ ਵਿੱਚ ਕਾਮਯਾਬ ਜ਼ਰੂਰ ਹੋ ਸਕਦੀ ਆ, ਔਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਜਿੰਨਾ ਕੁ ਵੀ ਮੈਨੂੰ ਆਉਂਦਾ ਵਾ ਕਿ ਮੈਂ ਇਹਨੂੰ ਸਿਖਾ ਸਕਾਂ, ਅਤੇ ਜਿਹੜੀ ਮੰਜ਼ਿਲ ਇਹਨੇ ਮਨ ਦੇ ਵਿੱਚ ਸੋਚ ਕੇ ਇੱਥੇ ਆਈ ਉਹ ਮੰਜ਼ਿਲ ਤੈਨੂੰ ਪਹੁੰਚਾ ਸਕਾਂ। ਤਿਆਰ ਹੋ ਚੁੱਕਾ ਬੱਚਾ, ਕਿੰਨੀ ਤਿਆਰ ਹੋ ਚੁੱਕਾ? ਕਾਫੀ ਹੱਦ ਤੱਕ ਦੇਖੋ, ਆਪਾਂ ਸਾਰੇ ਮੀਡੀਆ 'ਚ ਸਾਨੂੰ ਪਤਾ ਵੀ ਇਸ ਲਾਈਨ ਦੇ ਵਿੱਚ ਪੈਸਾ ਬੜੀ ਅਹਿਮੀਅਤ ਰੱਖਦਾ ਹੈ ਨਾ, ਅਤੇ ਇਹਨੂੰ ਇੰਨੀ ਫਾਈਨੈਂਸ਼ਲੀ ਤੌਰ 'ਤੇ ਘਰੋਂ ਸੋਲਿਡ ਨਹੀਂ ਆ, ਲੇਕਿਨ ਜਿੰਨਾ ਕੁ ਮੈਂ ਕਰ ਸਕਦਾ ਇਹਦੀ ਹੈਲਪ, ਕਿਉਂਕਿ ਮੇਰੇ ਜਿਹੜੀ ਚੀਜ਼ ਮੇਰੇ ਹੱਥ 'ਚ ਹੈ ਕਿ ਇੱਕ ਤਾਂ ਮੈਂ ਇਹਦੇ ਕੋਲ ਫੀਸ ਨਹੀਂ ਲੈਣੀ, ਉਹ ਮੈਂ ਸੋਚਿਆ ਵੀ ਫੀਸ ਨਹੀਂ ਇਹਦੇ ਲਈ, ਜਦੋਂ ਮੈਂ ਦੇਖਿਆ ਲਾਤ ਅਤੇ ਮੈਂ ਵਿਦਆਊਟ ਫੀਸ ਇਹਨਾਂ ਨੂੰ ਸਿਖਾ ਰਿਹਾ। ਅਤੇ ਦੂਸਰਾ ਮੈਂ ਚਲੋ ਜਿੱਥੇ ਤੱਕ ਵੀ ਮੇਰੀ ਪਹੁੰਚ ਆ ਮੈਂ ਕੋਸ਼ਿਸ਼ ਕਰਦਾ ਇਹਨੂੰ ਪਹੁੰਚਾਉਣ, ਜਿਵੇਂ ਕੁਛ ਮੇਰੇ ਜਿਹਦੇ ਲਿੰਕ ਆ ਕਿਸੇ ਪ੍ਰੋਗਰਾਮਾਂ 'ਚ ਇਹਨਾਂ ਨੂੰ ਭੇਜ ਦਿੰਦਾ। ਹੁਣ ਮੇਰੇ ਵੱਡੇ ਗੁਰ ਭਾਈ ਨੇ ਸੁਰਿੰਦਰ ਸ਼ਿੰਦਾ ਜੀ, ਵਰਲਡ ਫੇਮ ਹਸਤੀ ਆ, ਹੈ ਨਾ, ਉਹਨਾਂ ਦੇ ਨਾਲ ਉਹਨਾਂ ਨੂੰ ਇੱਕ ਫੀਮੇਲ ਲੜਕੀ ਦੀ ਜ਼ਰੂਰਤ ਸੀ ਵੋਕਲ ਦੀ, ਅਤੇ ਮੈਂ ਉਹਨਾਂ ਨੂੰ ਵੀਡੀਓ ਇਹਨਾਂ ਦੀ ਆਵਾਜ਼ ਭੇਜੀ ਵੀ ਆਹ ਲੜਕੀ ਮੇਰੇ ਕੋਲ ਹੈਗੀ ਹੈਂਡੀਕੈਪ ਆ, ਵੀ ਤੁਸੀਂ ਦੇਖੋ ਜੇ ਤੁਹਾਨੂੰ ਸੂਟ ਕਰ। ਉਹਨਾਂ ਨੇ ਮਤਲਬ ਬਿਨਾਂ ਸੋਚੇ ਮੈਨੂੰ ਕਹਿ ਤਾ ਵੀ ਕੁੜੀ ਨੂੰ ਬੁਲਾ ਵੀ ਮੈਂ ਇੱਕ ਗਾਣਾ ਕਰਨਾ ਇਹਦੇ ਨਾਲ ਡਿਊਟ ਕਰਾਂ। ਉਹ ਗਾਣਾ ਹੋ ਚੁੱਕਾ ਰਿਕਾਰਡ ਅਤੇ ਬਹੁਤ ਜਲਦ ਸਰੋਤਿਆਂ ਦੀ ਝੋਲੀ ਪਏ। ਕਾਫੀ ਹੁਣ ਹਾਲੇ ਸੁਪਨਾ ਮਾਸਟਰ ਸਲੀਮ ਨੂੰ ਮਿਲਣਾ, ਮਾਸਟਰ ਸਲੀਮ ਨਾਲ ਗਾਣਾ, ਸੋ ਕਿਸ ਤਰ੍ਹਾਂ ਇਹਨੂੰ ਉੱਥੇ ਤੱਕ ਪਹੁੰਚਾਉਂਗਾ? ਇਹ ਮੈਨੂੰ ਅੱਜ ਹੀ ਪਤਾ ਲੱਗਾ ਤੁਹਾਡੀ ਜਦੋਂ ਇਹਦੇ, ਮੈਨੂੰ ਅੱਜ ਤੱਕ ਇਹਨੇ ਜ਼ਿਕਰ ਨਹੀਂ ਕੀਤਾ ਕਿ ਨਹੀਂ ਤਾਂ ਮੇਰਾ ਤਾਂ ਛੋਟੇ ਭਰਾ ਵਾਂਗ ਉਸ ਮਾਸਟਰ ਸਲੀਮ ਨਾਲ ਬਹੁਤ ਪਿਆਰ ਆ, ਅਸੀਂ ਵੋਇਸ ਆਫ ਪੰਜਾਬ ਵੀ ਇਕੱਠੇ ਕਰਦੇ ਰਹੇ ਹਾਂ ਨਾ, ਸੀਜ਼ਨ ਉੱਥੇ ਮਹੀਨਾ ਦੋ ਡੇਢ ਮਹੀਨਾ ਰਹੀਦਾ ਵੀ ਆ, ਅਤੇ ਉੱਦਾਂ ਵੀ ਵੈਸੇ ਵੀ ਅਸੀਂ ਸਟੇਜਾਂ 'ਤੇ ਕਈ ਇਕੱਠੇ ਹੋ ਜਾਂਦੇ ਹਾਂ ਜਾਂ ਪਿਆਰ ਵੀ ਆ, ਅਤੇ ਮੈਂ ਇਹਦੀ ਖੁਆਇਸ਼ ਹੈ ਜਿਹੜੀ ਬਹੁਤ ਜਲਦੀ ਪੂਰੀ ਕਰਦਾਂਗਾ, ਅਤੇ ਉਹਨਾਂ ਨੂੰ ਇੱਕ ਵਾਰੀ ਮੈਸੇਜ ਪਹੁੰਚਾ ਕੇ ਅਤੇ ਇਹਦੀ ਮੁਲਾਕਾਤ ਜ਼ਰੂਰ ਮਾਸਟਰ ਸਲੀਮ ਜੀ ਨਾਲ ਕਰਾਂਗਾ। ਕੱਟੀ ਪਤੰਗ ਅਸੀਂ ਸ਼ੁਰੂਆਤ ਕੀਤੀ ਸੀਗੀ, ਜ਼ਿੰਦਗੀ 'ਚ ਇਹੀ ਗਾਣਾ ਤੁਸੀਂ ਪਸੰਦ ਕੀਤਾ ਕਿ ਕੱਟੀ ਪਤੰਗ ਨੂੰ ਚੁਣਿਆ, ਕਿਉਂ ਚੁਣਿਆ ਗਿਆ? ਕੱਟੀ ਪਤੰਗ ਇੱਕ ਐਸਾ ਸੌਂਗ ਆ ਕਿ ਮੈਨੂੰ ਲੱਗਦਾ ਕਿ ਉਹ ਸੌਂਗ ਮੇਰੇ ਲਈ ਬਣਿਆ, ਜਦੋਂ ਵੀ ਮੈਂ ਉਹਨੂੰ ਸੁਣਿਆ ਜਾਂ ਮੈਂ ਗੁਣਗੁਣਾਉਂਦੀ, ਮੈਨੂੰ ਇਹ ਲੱਗਦਾ ਕਿ ਉਹ ਜਿਹੜੇ ਉਹਦੇ ਵਿੱਚ ਅਲਫਾਜ਼ ਨੇ, ਜਿਹੜਾ ਉਹਦੇ ਵਿੱਚ ਅਹਿਸਾਸ ਆ, ਦੁੱਖ ਆ, ਸ਼ਾਇਦ ਉਹ ਮੇਰਾ ਹੀ ਆ, ਇਸ ਲਈ ਮੈਂ ਜ਼ਿਆਦਾਤਰ ਇਹ ਸੌਂਗ ਮੇਰਾ ਮੋਸਟ ਫੇਵਰੇਟ ਸੌਂਗ ਆ। ਹਾਂਜੀ, ਹੁਣ ਤਾਂ ਉਸ ਤੋਂ ਬਾਅਦ ਚੇਂਜਸ ਆ ਗਈ ਆ, ਕੋਈ ਨਵਾਂ ਹੁਣ ਲੈ ਕੇ ਆ ਰਹੇ ਹੋ? ਲਤਾ ਜੀ ਨੂੰ ਬੜਾ ਪਸੰਦ ਕਰਦੇ ਸੀ, ਲਤਾ ਜੀ ਦਾ ਇੱਕ ਗੀਤ ਛੋਟਾ ਜਿਹਾ ਆਪਾਂ ਸੁਣ ਲਈਏ ਤਾਂ ਉਸ ਤੋਂ ਬਾਅਦ? ਜੀ ਜੀ ਜ਼ਰੂਰ। ਉਸਤਾਦ ਜੀ ਨੇ ਉਹਨਾਂ ਦਾ ਸਾਥ ਦਿੰਦੇ ਨੇ, ਲਤਾ ਜੀ ਦਾ ਇੱਕ ਗੀਤ। ਕਰ ਲਓ, ਮੈਂ ਕੱਟ ਲਾ ਲਓ, ਕੋਈ ਗੱਲ ਨਹੀਂ, ਤੁਸੀਂ ਕੰਟੀਨਿਊ, ਹਾਂ ਕੋਈ ਗੱਲ ਨਹੀਂ, ਤੁਸੀਂ ਲਤਾ ਜੀ ਦਾ ਕਰਾ ਇੱਕ ਸੁਣਾ ਦਿਓ ਸਾਨੂੰ। ਕਿਹੜਾ ਹੈ ਪਤਾ
किरण पॉल सुपने पूरे करने के लिए 30 किलोमीटर का सफर तय करके लुधियाना की अकैडमी दे विच पहुंचते हैं। सो वड्डी वड्डी स्टेजा करना चाहते हैं। अगर तुम भी किरण के सुपने पूरा करना चाहते हो तो इस वीडियो जरूर शेयर कर दियो। कैमरामैन अमद नरेंद्र बहेंद्र जगमैन टीवी लुधियाना।